ਜਮੈਟਰੀਕਲ ਡਰਾਇੰਗ ਅੱਠਵੀਂ ਸ਼੍ਰੇਣੀ ਦਾ ਪ੍ਰਸ਼ਨ ਨੰਬਰ 16। ਦਿੱਤੀ ਚਾਪ ਏ ਬੀ ਦੇ ਬਾਹਰ ਦਿੱਤੇ ਹੋਏ ਬਿੰਦੂ ਈ ਤੋਂ ਬਿਨਾਂ ਕੇਂਦਰ ਪ੍ਰਤੀਤ ਕੀਤੇ ਚਾਪ ਦੀ ਸ਼ੋਤ ਰੇਖਾ ਖਿੱਚੋ। ਚਾਪ ਏ ਬੀ ਲਓ, ਏ ਅਤੇ ਬੀ ਨੂੰ ਮਿਲਾ ਕੇ ਵਧਾਓ, ਬਿੰਦੂ ਈ ਲਓ। ਈ ਬੀ ਰੇਖਾ ਖੰਡ ਦਾ ਪ੍ਰਕਾਰ ਦੀ ਸਹਾਇਤਾ ਨਾਲ ਅੱਧ ਕਰੋ। ਚਾਪਾਂ ਦੋ ਸਥਾਨਾਂ 'ਤੇ ਕੱਟਣਗੀਆਂ। ਦੋਨੇ ਬਿੰਦੂਆਂ ਨੂੰ ਦਾਣੇਦਾਰ ਰੇਖਾ ਖੰਡ ਦੀ ਸਹਾਇਤਾ ਨਾਲ ਮਿਲਾਓ। ਈ ਬੀ ਰੇਖਾ ਨੂੰ ਉਹ ਬਿੰਦੂ 'ਤੇ ਕੱਟੇਗੀ ਉਹਨੂੰ ਕੇਂਦਰ ਮੰਨ ਕੇ। ਈ ਅਤੇ ਬੀ ਜਿੰਨੀ ਪ੍ਰਕਾਰ ਖੋਲ੍ਹ ਕੇ ਅੱਧ ਚੱਕਰ ਲਾਓ ਦਾਣੇਦਾਰ ਰੇਖਾਖੰਡ ਨਾਲ। ਬਿੰਦੂ ਏ ਅਤੇ 90 ਡਿਗਰੀ ਦਾ ਕੋਣ ਬਣਾਓ। ਬਿੰਦੂ ਏ ਅਤੇ 90 ਡਿਗਰੀ ਦਾ ਕੋਣ ਬਣਾਓ ਪ੍ਰਕਾਰ ਦੀ ਸਹਾਇਤਾ ਨਾਲ। ਚਾਪ ਦੋ ਸਥਾਨਾਂ 'ਤੇ ਕੱਟੇਗੀ। ਦੋਨੇ ਸਥਾਨਾਂ 'ਤੇ ਬਰਾਬਰ ਦੂਰੀ ਦੀ ਚਾਪ ਲਾਓ। ਚਾਪ ਇੱਕ ਸਥਾਨ 'ਤੇ ਕੱਟਣਗੇ। ਬਿੰਦੂ ਨੂੰ ਏ ਨਾਲ ਮਿਲਾਓ ਦਾਣੇਦਾਰ ਰੇਖਾਖੰਡ ਦੀ ਸਹਾਇਤਾ ਨਾਲ। ਬਿੰਦੂ ਆਏਗਾ ਸੀ। ਸੀ ਈ ਨੂੰ ਦਾਣੇਦਾਰ ਰੇਖਾਖੰਡ ਨਾਲ ਮਿਲਾਓ। ਸੀ ਨੂੰ ਕੇਂਦਰ ਮੰਨ ਕੇ ਈ ਨੂੰ ਕੇਂਦਰ ਮੰਨ ਕੇ ਸੀ ਜਿੰਨੀ ਪ੍ਰਕਾਰ ਖੋਲ੍ਹ ਕੇ ਈ ਨੂੰ ਕੇਂਦਰ ਮੰਨ ਕੇ ਸੀ ਜਿੰਨੀ ਪ੍ਰਕਾਰ ਖੋਲ੍ਹ ਕੇ ਦਾਣੇਦਾਰ ਚਾਪ ਲਾਓ। ਜੋ ਪਹਿਲਾਂ ਲੱਗੀ ਹੋਈ ਚਾਪ ਨੂੰ ਬਿੰਦੂ ਡੀ 'ਤੇ ਕੱਟੇਗੀ। ਡੀ ਨੂੰ ਈ ਨਾਲ ਮਿਲਾਓ ਡੀ ਈ ਲੋੜੀਂਦੀ ਸਪਰਸ਼ ਰੇਖਾ ਹੈ। ਇਸ ਤਰ੍ਹਾਂ ਅਸੀਂ ਦਿੱਤੀ ਹੋਈ ਚਾਪ ਏ ਬੀ ਦੇ ਬਾਹਰ ਦਿੱਤੇ ਹੋਏ ਬਿੰਦੂ ਈ ਤੋਂ ਬਿਨਾਂ ਕੇਂਦਰ ਪ੍ਰਤੀਤ ਕੀਤੇ ਚਾਪ ਦੀ ਸ਼ੋਤ ਰੇਖਾ ਖਿੱਚ ਸਕਦੇ ਹਾਂ।